ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ, ਤਹਿਸੀਲ ਧਰਮਕੋਟ ਅਤੇ ਜ਼ਿਲ੍ਹਾ ਜਿਹੜਾ ਦੋਸਤੋ ਮੋਗਾ ਲੱਗਦਾ ਹੈਗਾ। ਬਾਈ ਸੋਨੂ ਦੇ ਕੋਲ ਆਏ ਹਾਂ ਦੋਸਤੋ, ਪਿੰਡ ਚੋਟੀਆਂ ਤੁਹਾਨੂੰ ਖਾਸ ਜਿਹੜੀ ਵਿਜ਼ਿਟ ਕਰਨੀ ਪਵੇਗੀ। ਬਿਲਕੁਲ ਫਤਿਹਗੜ੍ਹ ਪਜਤੂਰ ਦੇ ਬਿਲਕੁਲ ਲਾਗੇ ਜਿਹੜਾ ਦੋਸਤੋ ਪਿੰਡ ਹੈਗਾ ਚੋਟੀਆਂ। ਵੀਰ ਸੋਨੂ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ। ਇਸ ਘਰੋਂ ਜਿਹੜੀਆਂ ਦੋਸਤੋ ਨੋਰਮਲੀ ਤੁਹਾਨੂੰ ਜਿਹੜਾ ਮੱਝਾਂ ਦੇ ਵਿੱਚ ਮੱਝਾਂ ਝੋਟੀਆਂ ਜਿਹੜੀਆਂ ਦੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ। ਅੱਜ ਪਸ਼ੂ ਜਿਹੜੇ ਆ ਦੋਸਤੋ ਮੋਸਟਲੀ ਇਸ ਘਰੋਂ ਤੁਹਾਨੂੰ ਸਵੇ ਸਵਾਏ ਮਿਲਦੇ ਆ। ਪਿਛਲੀ ਵਾਰੀ ਵੀ ਘੱਟੋ ਘੱਟ ਵੀ ਆਪਾਂ 8-10 ਮੱਝਾਂ ਪਾਈਆਂ ਸੀ, ਸਾਰੀਆਂ ਸੂਈਆਂ ਸਵਾਈਆਂ ਸੀ ਅਤੇ ਅੱਜ ਵੀ 10 ਕੁ ਹੈਗੀਆਂ ਨੇ, ਠੀਕ ਹੈ, 8 ਕੁ ਹੈਗੀਆਂ ਮੱਝਾਂ ਝੋਟੀਆਂ ਅਤੇ ਸੂਈਆਂ ਸਵਾਈਆਂ ਹੋਣਗੀਆਂ। ਜ਼ਿਆਦਾ ਪਸ਼ੂ ਜਿਹੜੇ ਸਵੇ ਸਵਾਏ ਹੋਣਗੇ, ਕੋਈ ਇੱਕ ਅੱਧੀ ਕੋਈ ਗੱਬਣ ਹੋਵੇ ਉਹ ਗੱਲ ਕਹਿ ਨਹੀਂ ਸਕਦੇ, ਬਾਕੀ ਪ੍ਰੋਪਰ ਜਿਹੜੇ ਆ ਜਿੰਨੇ ਵੀ ਪਸ਼ੂ ਤੁਹਾਨੂੰ ਆਪਾਂ ਦਿਖਾਵਾਂਗੇ ਸਾਰੇ ਸਵੇ ਸਵਾਏ ਹੋਣਗੇ, ਠੀਕ ਆ। ਅਤੇ ਨਰਕ ਪਰਖ ਆਪਣੀ ਤਸੱਲੀ ਜਿਹੜੀ ਆ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ। ਅੱਜ 27 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ, ਅਤੇ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ, 5:30 ਵਜੇ ਸ਼ਾਮ ਦਾ ਸਮਾਂ ਹੈਗਾ, ਠੀਕ ਆ। ਅਤੇ ਗੱਲਬਾਤ ਬਾਈ ਸੋਨੂੰ ਦੇ ਨਾਲ ਕਰਾਂਗੇ, ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ, ਠੀਕ ਆ ਜੀ। ਅਤੇ ਮੱਝਾਂ ਜਿਹੜੀਆਂ ਵੀ ਪਸੰਦ ਆਉਣਗੀਆਂ, ਮੈਂ ਵਾਰ ਵਾਰ ਕਹਿੰਦਾ ਹੁੰਦਾ ਵੀ ਜਿਹੜੀ ਵੀ ਤੁਹਾਨੂੰ ਮੱਝ ਝੋਟੀ ਪਸੰਦ ਆਉਂਦੀ ਆ, ਬੌਲੇ ਦੇ ਵਿੱਚ ਹੋਈ ਚਾਹੇ ਦੁੱਧ ਦੇ ਵਿੱਚ ਹੋਈ, ਚਵਾਈ ਤੁਸੀਂ ਆਪਣੇ ਕਰਨੀ ਆ, ਆਪਣਾ ਹੱਕ ਸਮਝ ਕੇ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਆ ਤਸੱਲੀ ਜ਼ਰੂਰ ਕਰ ਲਿਓ, ਠੀਕ ਆ। ਆਓ ਕਰਦੇ ਹਾਂ ਗੱਲ ਬਾਈ ਸੋਨੂੰ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਹੈਗੀ ਆ ਅੱਜ ਇਹਨਾਂ ਮੱਝਾਂ ਝੋਟੀਆਂ ਦੀ। ਸਭ ਤੋਂ ਪਹਿਲਾਂ ਵੀਰ ਸੋਨੂੰ ਸਤਿ ਸ਼੍ਰੀ ਅਕਾਲ ਭਰਾ। ਸਤਿ ਸ਼੍ਰੀ ਅਕਾਲ ਵੀਰੇ, ਸਾਡੇ ਜੀ ਦਾ ਸਤਿ ਸ਼੍ਰੀ ਅਕਾਲ ਜੀ, ਐਨ ਤੁਹਾਨੂੰ ਹੋਰ ਠੀਕ ਠਾਕ ਜੀ? ਹਾਂਜੀ ਵਧੀਆ ਠੀਕ ਠਾਕ ਜੀ। ਤੇ ਸੋਨੂੰ ਵੀਰੇ ਅੱਜ ਪਸ਼ੂ ਕਿੰਨੇ ਵਿਕਾਊ ਆਪਣੇ ਕੋਲ? ਦੇਖੀ 9 ਸੀ, 9 ਹੀ ਸਵੇ ਤਾਜ਼ੇ, 3 ਮਹੀਨੇ ਅੱਜ ਸਈਆਂ ਜੀ, ਇੱਕ ਸੇਲ ਹੋ ਗਈ, 8 ਰਹਿ ਗਈਆਂ ਜੀ। 8 ਰਹਿ ਗਈਆਂ ਜੀ, ਠੀਕ ਤੇ ਹੈ ਸਾਰੀਆਂ ਅੱਜ ਸਈਆਂ ਸਵਾਈਆਂ ਜੀ। ਅੱਜ ਤਾਜ਼ੀਆਂ ਕੋਈ 5 ਦਿਨਾਂ ਦੀ ਕੋਈ 4 ਦਿਨਾਂ ਦੀ, ਠੀਕ ਆ ਜੀ। ਤੇ ਕਰ ਲਈਏ ਕਿਸੇ ਬੰਨੇ ਵੀਰ ਸ਼ੁਰੂ ਅੱਜ ਇੱਥੋਂ ਕਰ ਲਈਏ, ਹਾਂ ਠੀਕ ਆ। ਪਹਿਲੇ ਨੰਬਰ ਤੇ ਵੀਰ ਜਿਹੜੀ ਇਹ ਮੱਝ ਆ, ਤੀਜਾ ਸੂਆ 13 ਕਿਲੋ ਦੁੱਧ 12 ਕਿਲੋ ਦਾ ਸੌਦਾ ਕਰੇ ਆਪਣੇ ਵੀਰ, ਜਿਹੜਾ ਮਰਜ਼ੀ। ਅੱਛਾ ਜੀ, ਤੇ ਹਾਜ਼ਰ ਮਤਲਬ ਕਿ 13 ਕਿਲੋ? 13 ਕਿਲੋ। ਅੱਛਾ, 12 ਕਿਲੋ ਦਾ ਕੋਈ ਸੌਦਾ ਕਰੇ ਜੀ। ਤੇ ਸੂਆ ਕਿਨਵਾ ਵੀਰ? ਸੂਆ ਵੀਰੇ ਤੀਜਾ, ਸੂਆ ਤੀਜਾ, ਮਗਰ ਬੱਚਾ ਕੀ ਆ ਗਿਆ? ਮਗਰ ਕੱਟਾ ਜੀ, ਮਗਰ ਕੱਟਾ। ਇਹ 5 ਸਨੀਆ ਵੀਰ? ਹਾਂਜੀ, ਮਾੜਾ ਜਿਹਾ ਖਾਣੇ ਛੋਟੇ ਗਏ, ਚਾਂਦੀ ਮਾੜਾ ਜਿਹਾ ਕਦੀ ਧਾਰ ਹੋ ਗਏ, ਠੀਕ ਹੈ ਜੀ। ਕਵਾਈ ਤੇ ਆਪਣੀ ਗਾਰੰਟੀ ਹੋ ਗਈ ਇਸ ਚੀਜ਼ ਦੀ, ਠੀਕ ਹੈ। ਦੁੱਧ 13 ਕਿਲੋ ਵੀਰ, ਜਿਹੜਾ ਮਰਜ਼ੀ ਆਪਣਾ 12 ਕਿਲੋ ਦਾ ਸੌਦਾ ਕਰ। ਮਗਰ ਕੱਟੀ ਸੀ ਨਾ? ਨਹੀਂ ਕੱਟਾ ਜੀ, ਕੱਟਾ ਮੇਲ ਕਾਫ ਆ। ਹਾਂਜੀ ਤੋਰ ਲਓ ਜੀ, ਠੀਕ ਆ, ਮਗਰ ਜਿਹੜਾ ਮੇਲ ਕਾਫ ਆ ਦੋਸਤੋ, ਠੀਕ ਆ। ਤੇ ਬਿਲਕੁਲ ਤਾਜ਼ੀ ਸੂਈ ਆ ਵੀਰਾਂ ਦਾ ਵੀ 13 ਲੀਟਰ ਦੀ ਜਵਾਈ ਆ, 12 ਲੀਟਰ ਦਾ ਤੁਸੀਂ ਜਿਹੜਾ ਸੌਦਾ ਕਰਿਓ, ਠੀਕ ਆ। ਤੇ ਆਹ ਹਵਾਨੇ ਆਰਡਰ ਦੀ ਕੁਆਲਿਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ, ਠੀਕ ਆ। ਸੋਨੂੰ ਵੀਰ ਦਿਨ ਕਿੰਨੇ ਦੱਸੇ ਇਹਨੂੰ? 10 ਕੁ ਦਿਨ ਹੋ ਗਏ, ਠੀਕ ਆ। ਤੇ ਬਾਕੀ ਚਵਾਈ ਚ ਵੀ ਬਿਲਕੁਲ ਐ ਪੂਰੀ ਇੱਕ ਨੰਬਰ ਆਪਣੀ, ਭਾਵੇਂ ਆਨਲਾਈਨ ਮੰਗਾਵੇ ਗਾਰੰਟੀ ਹੋ ਉਸ ਚੀਜ਼ ਦੀ। ਹਾਂਜੀ, ਠੀਕ ਆ। ਹਾਈਟ ਜਿਹੜੀ ਆ ਦੋਸਤੋ ਪੂਰੀ ਹਾਈਟ ਆ, ਠੀਕ ਆ। ਤੁਸੀਂ ਘਰੇ ਵੀ ਆਉਣਾ ਸਿੰਗਲ ਹੱਡੀ ਦੀ ਆ ਤੇ ਹਾਈਟ ਪੂਰੀ ਦੀ ਦਿੱਤੀ, ਪਰ ਆਪਾਂ 15 ਹੀ ਕਹਾਂਗੇ, 14-15 ਕਹਿੰਦੇ, 17 ਚੱਲ ਰਹੇ ਸੀ। ਹਾਂਜੀ, ਆਪਣੇ ਕੋਲ 13 ਹਾਜ਼ਰ, ਆਪਾਂ 12 ਦਾ ਸੌਦਾ ਕਰੀਏ, ਠੀਕ ਆ, ਜਿਹੜਾ ਵੀਰ ਮਰਜ਼ੀ ਆਪਣਾ, ਠੀਕ ਆ। 12 ਲੀਟਰ ਜਿਹੜਾ ਹਾਜ਼ਰ ਆ ਦੋਸਤੋ, ਜਿਹੜਾ ਤੁਸੀਂ ਬਾਲਟੀ ਜਾਂ ਭਾਂਡੇ 'ਚ ਪਾ ਲੈਣਾ। ਤੇ ਸੋਨੂੰ ਭਾਅ ਜੀ ਦਾ ਰੇਟ ਕਿੰਨਾ ਮੁੱਲ? ਮੁੱਲ ਵੀਰ ਜੀ 90 ਕਰਾ ਲਓ, 92 ਕਰਾ ਲਓ, 85,000 ਦੀ ਜੈਸ ਨੂੰ ਹੋਈ, 85 ਦੀ, ਠੀਕ ਹੈ ਜੀ। 85,000 ਦੀ ਜਿਹੜੀ ਆ ਦੋਸਤੋ ਇਹ ਪਹਿਲੇ ਨੰਬਰ ਵਾਲੀ ਜਿਹੜੀ ਮੱਝ ਹੈਗੀ ਆ, ਇਹ ਵੀਰਾਂ ਦਾ 85,000 ਦੀ ਦੇਲ ਆ, ਠੀਕ ਆ। ਇੱਕ ਵਾਰੀ ਥਾਂ ਤੁਸੀਂ ਜ਼ਰੂਰ ਦੇਖ ਲਓ, ਜਿਹੜਾ ਉਲਟ ਪਹਿਣੀ ਵਾਲੇ ਪਾਸੇ ਤੋਂ ਇੱਕ ਫੋਟ ਜਿਹੜੀ ਹੈਗੀ ਆ, ਤਕਰੀਬਨ ਕੋਈ ਇੱਕ ਅੱਧੀ ਧਾਰ ਆਉਂਦੀ ਹੈ ਵਿੱਚ, ਪ੍ਰੋਪਰ ਜਿਹੜਾ ਆਪਾਂ ਕਹੀਏ ਨਾ ਪੂਰਾ ਚੱਲਦਾ ਨਹੀਂ ਗਾ, ਇੱਕ ਅੱਧੀ ਕੋਈ ਧਾਰ ਆਉਂਦੀ ਹੈ, ਠੀਕ ਹੈ।
ਠੀਕ ਆ, ਬਾਕੀ ਪੰਜ ਥਣੀ ਤੁਸੀਂ ਮੰਨ ਸਕਦੇ ਹੋ। ਇਸ ਤੋਂ ਅਗਲੀ ਜਿਹੜੀ ਮੱਝ ਵੀਰੇ ਦੀ ਕਿਹੜੀ ਟ੍ਰੇਨ ਆ ਵੀਰੇ? 10 ਦਿਨ ਹੋ ਗਏ ਸੀ, 11 ਕਿਲੋ ਦੁੱਧ ਦਿੰਦੇ ਸੀ। 11 ਕਿਲੋ ਤੋੜ ਕੇ ਦੇਵਾਂਗੇ, ਜਿਹੜਾ ਮਰਜ਼ੀ ਵੀਰ, 2 ਟਾਈਮ ਤੋੜੇ, 3 ਟਾਈਮ ਤੋੜੇ, 10 ਕਿਲੋ ਦਾ ਸੌਦਾ ਕਰੇ ਆਪਣੇ ਨਾਲ। ਠੀਕ ਹੈ ਜੀ, ਹਾਂਜੀ। ਮਗਰ ਬੱਚਾ ਜੀ? ਮਗਰ ਕੱਟੀ ਆ ਜੀ। ਮਗਰ ਕੱਟੀ ਆ, ਠੀਕ ਆ। ਇਹ ਫੀਮੇਲ ਕਾਫ ਆ, ਬਾਕੀ ਆਪਾਂ ਤੁਹਾਨੂੰ ਖੋਲ ਕੇ ਜਿਹੜੀ ਆ ਤੋੜ ਕੇ ਦਿਖਾ ਦਿੰਦੇ ਹਾਂ ਮੱਝ, ਠੀਕ ਆ। ਅਤੇ 10 ਕੁ ਦਿਨ ਦਾ ਜਿਹੜਾ ਸਮਾਂ ਹੋ ਗਿਆ, ਅਤੇ 10 ਹੀ ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧ ਆ, ਜਿਹੜਾ ਕਿਸੇ ਵੀਰ ਨੇ ਆਣ ਕੇ ਚੋਣਾ, ਠੀਕ ਆ। ਅਤੇ 2 ਡੰਗ ਚੋ ਆਪਦੀ, 3 ਡੰਗ ਚੋ, ਅਤੇ 10 ਕਿਲੋ ਜਿਹੜਾ ਹਾਜ਼ਰ ਆ। ਆਹ ਕਰੋ ਚੈੱਕ, ਠੀਕ ਆ। ਚਵਾਈ ਸੁਬਾਹ ਕਿੰਨੇ ਵਜੇ ਕੀਤੀ ਹੈ ਜੀ? 5 ਵਜੇ ਵੀਰੇ, 5 ਤੋਂ 5 ਆਪਣਾ ਟਾਈਮ ਆ। 2 ਟਾਈਮ ਚੋਲੇ ਵੀ, 3 ਟਾਈਮ ਚੋਲੇ ਵੀ ਛੁੱਟੀ ਹੈ। ਠੀਕ ਆ। ਹਾਈਟ ਜਿਹੜੀ ਆ ਦੋਸਤੋ, ਮੀਡੀਅਮ ਤੋਂ ਥੋੜ੍ਹੀ ਜਿਹੀ ਪਲੱਸ ਕਹਾਂਗੇ, ਠੀਕ ਆ। ਮੀਡੀਅਮ ਤੋਂ ਪਲੱਸ ਹਾਈਟ ਆ, ਅਤੇ ਬਿਲਕੁਲ 10 ਲੀਟਰ ਦੀ ਚੁਆਈ ਤੁਸੀਂ ਕਰ ਸਕਦੇ ਹੋ ਇਸ ਦੇ ਥੱਲਿਓ। ਅਤੇ ਮਗਰ ਜਿਹੜੀ ਫੀਮੇਲ ਕਾਫ ਹੈਗੀ, ਮਗਰ ਕੱਟੀ ਆ, ਠੀਕ ਆ। ਅਤੇ ਮੁੱਲ ਸੋਨੂੰ ਬਾਈ ਦਾ ਕੀ ਕਰਤਾ? ਮੁੱਲ ਵੀਰੇ 85 ਕਰਾ ਲਓ, 80 ਕਰਾ ਲਓ, 1000 ਛੋੜ ਅਸੀਂ। 1000? ਹਾਂਜੀ, 1000 ਕਿਸੇ ਘਰੇ ਆਏ ਤਾਂ ਮਾਣਦਾ ਨੋਰ ਹੋ ਜੀ। ਠੀਕ ਆ, 1000 ਘੱਟ 80 ਹੈ ਜੀ। ਹਾਂਜੀ, ਠੀਕ ਆ, 1000 ਘੱਟ 80 ਜਿਹੜੀ ਦੋਸਤੋ ਇਸ ਮੱਝ ਦਾ ਜਿਹੜਾ ਮੁੱਲ ਹੈਗਾ। ਬਾਕੀ ਛੋੜ ਚੱਪਾ ਜਿੰਨਾ ਕੋਈ ਥੋੜ੍ਹੀ ਬਹੁਤ ਗੁੰਜਾਇਸ਼ ਹੋਈ ਉਹ ਮੌਕੇ ਦੀ ਆ, ਠੀਕ ਆ। ਇੱਕ ਨੰਬਰ ਇਸ ਚੀਜ਼ ਦੀ ਆਪਣੀ ਗਰੰਟੀ, ਦੁੱਧ 10 ਕਿਲੋ, 11 ਦੁੱਧ ਆਪਾਂ 10 ਕਿਲੋ ਤੋੜ ਕੇ ਦੇਣਾ, ਠੀਕ ਹੈ ਜੀ। ਵੀ ਮਰਜ਼ੀ ਅੰਕ ਕਰੇ ਤੋੜੇ, ਠੀਕ ਹੈ ਜੀ। ਆਹ ਦੇਖੋ ਜੀ, ਠੀਕ ਆ, ਆਹ ਥਣ ਜੇ, ਅਤੇ ਬਿਲਕੁਲ ਪੱਧਰ ਜਿਹੜਾ ਥਣ ਜੇ ਵਾ, ਬਾਕੀ ਮੁੱਠੀ ਦਾ ਬਿਲਕੁਲ ਥਣ ਲੱਗਾ, ਐਨ ਜਿਹੜਾ ਨੋਕਲ ਆ। ਅਤੇ ਚਵਾਈ ਜਿਹੜੀ ਹਰ ਪਸ਼ੂ ਦੀ ਵਿੱਚ, ਬਾਕੀ ਤੁਹਾਨੂੰ ਭਾਈ ਇੱਕ ਗੱਲ ਆ, ਜੇਕਰ ਕਿਸੇ ਦੇ ਭੂਰ ਛੱਟਾਂ ਜਾਂ ਕੋਈ ਗੱਲਬਾਤ ਹੋਈ ਉਹ ਵੀ ਦੱਸ ਦਿਆ, ਕਿਉਂਕਿ ਭੈਣ ਭਰਾ ਨੇ ਬਹੁਤ ਦੂਰੋਂ ਸਫ਼ਰ ਤੈਅ ਕਰਕੇ ਆਉਣਾ ਹੁੰਦਾ, ਜਿਹੜਾ ਕੋਈ ਆਨਲਾਈਨ ਮੰਗਾਓ ਉਹਦੀ ਗਰੰਟੀ ਹੋਊਗੀ। ਠੀਕ ਹੈ ਵੀਰੇ, ਹਾਂ, ਭੂਰ ਛੱਟਾ ਹੋਵੇ ਮੈਂ ਵਾਪਸ ਕਰਾਂਗਾ। ਠੀਕ ਹੈ ਜੀ, ਇਸ ਤੋਂ ਬਾਅਦ ਅਗਲੀ ਵੀਰੇ ਇਸ ਮੱਝ ਦੀ ਕੀ ਡਿਟੇਲ? ਇਹਨੂੰ ਵੀਰੇ 5-6 ਦਿਨ ਸੂਈ ਨੂੰ, 9 ਕਿਲੋ ਬੋਲ ਆ ਇਸ ਟਾਈਮ। ਠੀਕ ਆ, ਹਾਂਜੀ। ਸਿੰਘ ਡਿਫਰੈਂਟ 'ਚ ਆ ਗਿਆ ਨਾ, ਵੱਖਰਾ ਕਰੀ ਸਿੰਘ ਨਹੀਂ ਇਹਦੇ, ਪਹਿਲੂ ਬਣਾਵਟ ਇਹ ਹੈਗੀ ਐਵੇਂ ਦੀ। ਹਾਂ, ਠੀਕ ਆ। ਤੇ ਦਿਨ ਕਿੰਨੇ ਕੋ ਸੀ? ਦਿਨ ਅੱਜ 7ਵਾਂ ਦਿਨ ਹੈਗਾ ਜੀ। 7ਵਾਂ ਦਿਨ ਹੈ, ਮਗਰ ਬੱਚਾ ਕੱਟਾ, ਮਗਰ ਕੱਟਾ ਜੀ, ਮੇਲ ਕਾ। 7ਵਾਂ ਦਿਨ ਹੈ ਦੋਸਤੋ ਸੂਈ ਨੂੰ। ਤੇ ਦੁੱਧ ਦੇ ਵਿੱਚ ਵੀ ਹੁਣ ਕਿੰਨਾ ਕੁ ਮੰਨ? 9 ਕਿਲੋ ਹੋਇਆ ਜੀ, ਬੋਲੇ 'ਚ ਸਟਾਰਟ ਲਾ ਲਓ, ਦੁੱਧ ਤੇ ਲਾ ਲਓ ਜਿਵੇਂ ਮਰਜ਼ੀ। ਬੋਲੇ ਤੋਂ ਬਾਹਰ ਕਹਿ ਸਕਦੇ ਹਾਂ? ਹਾਂਜੀ, ਬੋਲੇ ਤੋਂ ਬਾਹਰ ਕਹਿ ਜਾਂਦੇ, 9 ਕਿਲੋ ਤੋੜ ਕੇ ਜਾਂਦੇ, ਠੀਕ ਆ। 9 ਕਿਲੋ ਜਿਹੜਾ ਦੋਸਤੋ ਤੁਸੀਂ ਚਵਾਈ ਆ, ਵੀਰਾਂ ਦਾ ਵੀ ਤੋਲ ਕੇ ਦੇਵਾਂਗੇ। 9 ਲੀਟਰ ਜਿਹੜਾ ਬਾਲਟੀ 'ਚ ਪੈਂਦਾ ਹੋਵੇਗਾ, ਮੋਟਾ ਥਾਣਾ, ਅਤੇ ਬਿਲਕੁਲ ਮੁੱਠੀ ਵਾਲੇ ਥਾਣਾ, ਅਤੇ ਬਿਲਕੁਲ ਪਤਲੀ ਚਮੜੀ ਆ ਦੇਖੋ, ਠੀਕ ਆ। ਹਵਾਨੇ ਦੀ ਅੰਡਰ ਦੀ ਕੁਆਲਿਟੀ ਕਾਫੀ ਸੋਹਣੀ ਆ। ਅਤੇ ਬਾਕੀ ਕਈ ਵਾਰ ਹੁੰਦਾ ਦੋਸਤੋ, ਜਿਹੜੇ ਨਿਸ਼ਾਨ ਆ 5 ਕਲਿਆਣੇ ਪਸ਼ੂ ਦੇ ਵਿੱਚ, ਆਪਾਂ ਨੀਲੀ ਦਾ ਵੀ ਤਾਂ ਨਹੀਂ ਕਹਿੰਦੇ ਕਿ 5 ਕਲਿਆਣਾ ਪਸ਼ੂ ਆਪਾਂ ਕਹਿ ਸਕਦੇ, ਕਿਉਂਕਿ ਮਾਰਕਿੰਗ ਜਿਹੜੀ ਆ ਉਹ ਹੈਗੀ ਆ ਮੱਝ ਦੇ ਵਿੱਚ, ਬੱਲਾ ਮੱਥਾ ਹੈਗਾ ਪੂਰਾ, ਅਤੇ ਮਗਰਲੇ ਪੈਰ ਜਿਹੜੇ ਵਾਈਟ ਆ, ਠੀਕ ਆ। 5 ਕਲਿਆਣਾ ਪਸ਼ੂ ਆਪਾਂ ਕਹਿ ਸਕਦੇ ਹਾਂ। ਅਤੇ ਹਾਈਟ ਜਿਹੜੀ ਬਿਲਕੁਲ ਮੀਡੀਅਮ ਦੇ ਵਿੱਚ ਹਾਈਟ ਆ, ਠੀਕ ਆ। ਮੀਡੀਅਮ ਤੋਂ ਜਿਹੜੀ ਮਿਹਨਤ ਕਹਾਂਗੇ, ਦਰਮਿਆਨੀ ਹਾਈਟ ਆ, ਕੱਦਕਾਰ ਜਿਹੜਾ ਬਿਲਕੁਲ ਦਰਮਿਆਨਾ, ਕਿਉਂਕਿ ਬਹੁਤੇ ਵੀਰਾਂ ਨੇ ਦੂਰੋਂ ਦੁਰਾਡੇ ਆਉਣਾ ਹੁੰਦਾ, ਅਤੇ ਜਦੋਂ ਆਣ ਕੇ ਤੁਸੀਂ ਦੇਖਦੇ ਹੋ ਤਾਂ ਛੋਟੀ ਜਾਂ ਮੀਡੀਅਮ ਹਾਈਟ ਨੂੰ ਆਪਾਂ ਫੁੱਲ ਹਾਈਟ ਨਹੀਂ ਕਹਿ ਸਕਦੇ। ਆਹ ਦੇਖੋ ਜੀ, ਠੀਕ ਆ, ਖਾਣ ਦੇ ਵਿੱਚ ਬਿਲਕੁਲ ਸਾਫ਼ ਆ। ਅਤੇ ਚਵਾਈ ਜਿਹੜੀ ਦੋਸਤੋ ਇਹੋ ਜਿਹੀ ਮੱਝ ਜਿਹੜੀ ਨੋਰਮਲ ਆ, ਚਵਾਈ ਚੰਗੀ ਕਰਾ ਦਿੰਦੀ ਹੈ। ਜਿਹੋ ਜਿਹਾ ਖਾਣ ਖਵਾਨਾ ਜਿੰਨਾ ਸਾਫ਼ ਹੋਊਗਾ, ਉਹਨੂੰ ਚਵਾਈ ਵੀ ਜਿਹੜੀ ਬੈਸਟ ਲੱਗੀ ਹੁੰਦੀ ਆ। ਤੁਹਾਨੂੰ ਵੀਰ ਕੀ ਡਿਮਾਂਡ ਇਸ ਮੱਝ ਦੀ? ਮੁੱਲ 70 ਕਿਲੋ, 68,000 ਦੀ ਹਾਂ ਨਾ ਜੀ। ਠੀਕ ਹੈ ਜੀ, 68,000 ਦੀ, ਹਾਂਜੀ, ਠੀਕ ਆ। 68 ਜਿਹੜਾ ਦੋਸਤੋ ਥਾਊਜ਼ੈਂਡ ਜਿਹੜੀ ਇਸ ਦੀ ਕੀਮਤ ਹੈਗੀ ਆ, ਮੁੱਲ ਹੈਗਾ 500 ਵਿੱਚੋਂ ਹੋਰ ਹੋਜੂ ਜੀ, 68,000 ਦੇ ਵਿੱਚੋਂ, 68,000 ਦੇ ਵਿੱਚੋਂ ਜਿਹੜਾ 500 ਰੁਪਈਆ ਹੋਰ ਮਾਨਤਾਨ ਹੋ ਜੂਗਾ, ਠੀਕ ਆ। ਠੀਕ ਆ, ਆਹ ਦੇਖੋ ਜੀ, ਠੀਕ ਆ, ਆਹ ਕਰੋ ਚੈੱਕ, ਆਹ ਥਣ ਜੀ,
ਬਹਿਣੀ ਵਾਲੇ ਪਾਸੇ ਤੋਂ। ਚੌਂ ਥਾਂ ਦਾ ਜਿਹੜਾ ਦੋਸਤੋ ਗੈਪ ਅੰਤਰ ਹੈਗਾ ਸਪੇਸ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਤੇ 9 ਲੀਟਰ ਦੀ ਚਵਾਈ ਤੁਸੀਂ ਕਰਨੀ ਆ, ਠੀਕ ਆ, ਆਪਣਾ ਹੱਕ ਸਮਝ ਕੇ ਜਿਹੜੀ ਚਵਾਈ ਆ ਕਿਸੇ ਪਸ਼ੂ ਦੀ, ਜਿੰਨੇ ਮੈਂ ਦਿਖਾਊਂਗਾ ਸਾਰੇ ਦੀ ਤੁਸੀਂ ਕਰ ਸਕਦੇ ਹੋ। ਆਨਲਾਈਨ ਮੰਗਾਉਣਾ ਤਾਂ ਤੁਹਾਡਾ ਤਾਂ ਬਾਈ ਸੋਨੂੰ ਦਾ ਆਪਸੀ ਤਾਲਮੇਲ ਆ, ਇੱਕ ਦੂਜੇ ਉੱਪਰ ਆਨਲਾਈਨ ਅੱਗੇ ਗਈਆਂ ਮੈਂ ਤੁਹਾਡੀ ਵੀਡੀਓ ਤੇ, ਠੀਕ ਹੈ, ਵੀਰ ਦਾ ਲਾਮਾ ਨੇ ਅਜੇ ਤੱਕ ਚੰਗਾ ਰਿਸਪੌਂਸ ਆਇਆ ਵੀ, ਹਾਂ ਬਹੁਤ ਵਧੀਆ ਜੀ। ਬਟਾਲੇ ਵੀ ਗਈਆਂ, ਉੱਥੇ ਜਾ ਕੱਟੀ ਤੇ ਮੈਂ ਦੀ ਮਰਜ਼ੀ, ਉਹ ਵੀ ਬੰਦੇ ਬਹੁਤ ਚੰਗਾ ਪਰਿਵਾਰ ਸੀ, ਫਿਰ ਵੀ ਮੱਝ ਲਾ ਲਈ ਕੱਟੀ, ਮੱਝ ਨੇ ਪੈਰ ਰੱਖਤਾ ਕੱਟੀ ਤੇ, ਬਾਕੀ ਚਵਾਈਆਂ ਚਵੀਆਂ ਸੋਹਣੀਆਂ ਨਿਕਲੀਆਂ ਜੀ, ਲਾਮਾ ਆਇਆ ਨਹੀਂ ਅਜੇ ਤੱਕ ਕਿਸੇ ਦਾ। ਚਲੋ ਚੰਗੀ ਗੱਲ ਭਰਾ, ਪੈਸੇ ਖਰਚ ਕਰਨੇ ਵੀਰਾਂ ਨੇ, ਪੈਸੇ ਕਰਨੇ ਤੇ ਆਪਾਂ ਉਹ ਚੰਗੀ, ਤੁਹਾਡਾ ਵੀ ਤਜਰਬਾ ਵੈਸੇ ਪੁਰਾਣਾ ਵੀ, ਤੁਸੀਂ ਮਾਲ ਬਹੁਤ ਚਿਰ ਦੇ ਲਿਆਉਂਦੇ ਹੋ ਤੇ ਸੋਨੂੰ ਬਾਈ ਬਹੁਤ ਛੋਟੀ ਵੱਡੀ ਵੀ ਕੱਦਕਾਠ ਹੈ, ਵੱਡੇ ਕੱਦਕਾਠ ਦੇ ਵਿੱਚ ਝੋਟੀ, ਠੀਕ ਹੈ, ਵੱਡੇ ਕੱਦਕਾਠ ਦੇ ਵਿੱਚ ਝੋਟੀ ਆ ਤੇ ਸੂਆ ਦੂਜੇ ਨੇ ਜੀ, ਦੂਜਾ ਸੂਆ ਸੋਈ ਆ ਤੇ ਮਗਰ ਕੱਟੀ ਆ ਨੀਚੇ, ਕੱਟੀ ਆ ਕੱਟਾ ਮੇਲ ਕਾਫ ਆ ਜੀ, ਸੋਰੀ ਦੋਸਤੋ ਮੇਲ ਕਾਫ ਆ, ਕੱਟਾ ਹੈਗਾ ਇਸਦੇ ਨੀਚੇ, ਠੀਕ ਆ। ਤੇ ਪਿੱਠ ਪੁੱਠੇ ਤੋਂ ਜਿਹੜੀ ਤੁਸੀਂ ਵੇਖ ਸਕਦੇ ਚੜਾਈ ਕਾਫੀ ਜ਼ਿਆਦਾ ਤਾਂ ਹਾਈਟ ਕਾਫੀ ਹੈਗੀ ਆ, ਉੱਚੀ ਹਾਈਟ ਦੇ ਵਿੱਚ ਹੈਗੀ ਆ, ਮਗਰ ਮੇਲ ਕਾਫ ਆ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ, ਚੌਰ ਸਲੇਵਾ ਦੋਸਤੋ, ਥਾਣ ਥੂਣ ਦਾ ਸਾਈਜ਼ ਚੰਗਾ ਹੈਗਾ, ਠੀਕ ਹੈ। ਇੱਕ ਵੱਡੀ ਜਿਹੜੀ ਖਾਸੀਅਤ ਇਹ ਹੈਗੀ ਹੈ ਦੋਸਤੋ, ਇਸ ਘਰ ਦੀ ਚਾਹੇ ਇਸ ਅੱਡੇ ਦੀ ਆਪਾਂ ਕਹਿ ਸਕਦੇ ਹਾਂ ਘਰ ਦੀ, ਹੈ ਨਾ, ਫਾਰਮ ਦੀ, ਵੀ ਸਾਰੇ ਪਸ਼ੂ ਜਿੰਨੇ ਵੀ ਹੁੰਦੇ ਆ ਸੋਏ ਸੁਆਏ ਹੁੰਦੇ ਆ, ਜਿਹਨਾਂ ਦੀ ਤਸੱਲੀ ਤੁਸੀਂ ਕਰ ਸਕਦੇ ਹੋ, ਠੀਕ ਆ, ਤਸੱਲੀ ਵੀ ਕਰ ਸਕਦੇ ਹੋ, ਠੀਕ ਆ। ਸੋਨੂੰ ਵੀਰ ਦਾ ਦੁੱਧ ਕਿੰਨਾ ਦੱਸੇ ਮੈਨੂੰ ਸਹੀ ਤੁਸੀਂ, 11 ਕਿਲੋ ਵੀਰੇ, 10 ਸੌਦਾ ਕਰੇ ਬੋਲੇ ਚ, ਅੱਛਾ ਜੀ, ਚੌਥਾ ਦਿਨ, ਠੀਕ ਆ, 10 ਕਿਲੋ ਬੋਲਾ, ਠੀਕ ਆ, 10 ਕਿਲੋ ਬੋਲਾ ਵੀਰਾਂ ਦਾ ਵੀ ਜਿਹੜਾ ਤੁਸੀਂ ਸੌਦਾ ਕਰਿਓ, 10 ਕਿਲੋ ਬੋਲਾ ਥੱਲੇ ਹੈਗਾ ਨੈਟ, ਆ ਦੇਖੋ ਜੀ, ਆਹ ਕਰੋ ਚੈੱਕ ਜੀ, ਆਹ ਥਾਣ ਜੀ, ਸਪੇਸ ਸਪੂਸ ਪੂਰੀ ਹੈਗੀ ਹੈ, ਚੌਂ ਥਾਣਾਂ ਦੀ ਜਿਹੜੀ ਆ ਦੋਸਤੋ ਗੈਪ ਅੰਤਰ ਪੂਰਾ ਹੈਗਾ, ਠੀਕ ਆ। ਝੋਟੀ ਆਪ ਵੀ ਜੇਕਰ ਆਪਾਂ ਤੁਹਾਨੂੰ ਮੈਂ ਦੂਰੋਂ ਵੀ ਦਿਖਾ ਦਿੰਦਾ ਵੀ ਝੋਟੀ ਕੱਦ ਕਾਢ ਦੀ ਵੱਡੀ ਆ, ਪੂਰੇ ਫੁੱਲ ਹਾਈਟ ਦੇ ਵਿੱਚ ਆ ਤੇ ਸੋਨੂੰ ਭਾਈ ਮੁੱਲ ਲਾਇਆ ਦੇ ਕੀ ਇਹਦਾ, ਮੁੱਲ ਵੀਰੇ 90 ਕਰਾ ਲਓ, 92 ਕਰਾ ਲਓ, 86,000 ਦੀ ਹਾਂ ਨਾ ਜੀ, 86,000 ਦੀ, ਠੀਕ ਆ, 86,000 ਦੀ ਜਿਹੜੀ ਦੋਸਤੋ ਹਾਂ ਨਾ, ਠੀਕ ਆ। ਅੱਜ ਚੌਥੇ ਕੁ ਦਿਨ ਦੇ ਵਿੱਚ ਆ, ਬੋਲੇ ਤੇ ਚੱਲ ਰਹੀ ਆ, ਚਵਾਈ ਤੁਸੀਂ ਕਰਨੀ ਆ, ਪਿੱਠ ਪੁੱਠੇ ਦੀ ਤੁਸੀਂ ਵੇਖ ਸਕਦੇ ਹੋ, ਚੌੜੀ ਪਿੱਠ ਪੁੱਠੇ ਦੀ ਆ, ਠੀਕ ਆ, ਤੇ ਵੱਡੀ ਕੱਦ ਕਾਢ ਦੀ ਆ। ਇਸ ਤੋਂ ਬਾਅਦ ਅਗਲੀ ਮੱਝ ਆਪਾਂ ਤੁਹਾਨੂੰ ਦਿਖਾਉਣੇ ਆ, ਠੀਕ ਆ, ਅਗਲੀ ਮੱਝ ਦਿਖਾਉਣੇ ਆ ਤੇ ਇਹ ਵੀ ਝੋਟੀ ਆ ਤਕਰੀਬਨ, ਦੂਜਾ ਸੂਆ, ਠੀਕ ਆ ਜੀ, ਮਗਰ ਬੱਚਾ ਜੀ, ਮੇਲ ਕਾਫ, ਅੱਠ ਨੌ 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 ਬੋਲਾ ਹੈ, ਪੰਜਵੇਂ ਛੇਵੇਂ ਦਿਨ ਚ, ਠੀਕ ਹੈ। ਚਵਾਈ ਵੀਰੇ ਕਿਤੋਂ ਦੀ ਹੈ, ਠੀਕ ਆ, ਇੱਕ ਨੰਬਰ ਚਵਾਈ ਆ ਦੋਸਤੋ, ਦੂਜਾ ਸੂਆ ਸੈਕਿੰਡ ਲੈਕਟੇਸ਼ਨ ਦੇ ਵਿੱਚ ਇਹ ਜਿਹੜੀ ਝੋਟੀ ਸੋਈ ਆ, ਠੀਕ ਆ, ਮਗਰ ਮੇਲ ਕਾਫ ਆ ਤੇ 9-8 ਤੋਂ ਬਾਅਦ ਜਿਹੜਾ 9-9 ਦੇ ਲਾਗੇ ਤਾਂ ਕਿ ਜਿਹੜਾ ਬੋਲਾ ਹੈਗਾ ਹੁਣ ਜਿਹੜਾ ਬਿਲਕੁਲ ਰੈਡੀ ਆ, ਠੀਕ ਆ, ਆਹ ਕਰੋ ਚੈੱਕ, ਠੀਕ ਆ ਜੀ, ਆਹ ਮੇਲ ਕਾਫ ਆ, ਠੀਕ ਆ, ਠੀਕ।
ਸੀਗਾ। ਹਰ ਪਾਸੇ ਪੂਰੀਆਂ ਦੋਸਤੋ ਥਣ ਲੈਵੇ, ਕੋਈ ਇਹ ਨਹੀਂ ਹੈਗਾ ਕੋਈ ਬਾਈ ਜਾਂ ਸਾਈਡ ਰੱਖਦੀ ਹੋਊਗੀ, ਜਿੰਨੇ ਵੀ ਪਸ਼ੂ ਆਪਾਂ ਦਿਖਾਵਾਂਗੇ। ਜੇਕਰ ਕੋਈ ਕਮੀ ਪੇਸ਼ੀ ਹੋਈ, ਦੋ ਪੈਸੇ ਵੀ ਸਾਈਡ ਰੱਖਦੀ ਹੋਈ, ਉਹ ਵੀ ਦੱਸ ਦਾਂਗੇ ਵਿੱਚ। ਅਤੇ ਤੁਹਾਨੂੰ ਬਾਈ ਇਹਦਾ ਲੈ ਦੇ ਵੀਰੇ ਮੁੱਲ ਕਿੰਨਾ? 64,000 ਦੀ, 64,000 ਦੀ ਜਿਹੜੀ ਦੋਸਤੋ ਹਾਂ ਨਾ, ਠੀਕ ਆ, ਤਾਜ਼ੀ ਸੋਈ ਆ 64,000 ਦੇ ਵਿੱਚ। ਠੀਕ ਆ ਜੀ, ਆਹ ਦੇਖੋ ਜੀ ਬਹਿਣੀ ਵਾਲੇ ਪਾਸੇ ਤੋਂ ਆਹ ਥਣ ਜੀ, ਆਹ ਕਰੋ ਚੈੱਕ। ਠੀਕ ਆ, ਮੁੱਲ ਵੀਰਾਂ ਦਾ ਵੀ ਭਾਵੇਂ 70 ਕਰਾ ਲਓ, 72 ਕਰਾ ਲਓ, ਵੀ 64,000 ਦੀ ਜਿਹੜੀ ਹਾਂ ਨਾ, ਠੀਕ ਆ, ਅਤੇ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਅਤੇ ਪਸ਼ੂ ਜਿਹੜੇ ਤੁਹਾਨੂੰ ਨੋਰਮਲ ਦੋਸਤੋ, ਜੇਕਰ ਤੁਸੀਂ ਆਓਗੇ ਇੱਕ ਲੈਣ ਆਓਗੇ ਤਾਂ ਦੋ ਵੀ ਲੈ ਕੇ ਜਾ ਸਕਦੇ ਹੋ, ਕਹਿਣ ਤੋਂ ਭਾਵ ਇਹ ਆ ਵੀ ਪਸ਼ੂ ਜਿਹੜੇ ਆ 9-10 ਪਸ਼ੂ ਇੱਥੇ ਹਰ ਟਾਈਮ ਹੁੰਦੇ ਆ। ਇਹ ਅੱਜ ਸੂਈਆਂ ਤਾਜ਼ੀਆਂ ਤਾਜ਼ੀਆਂ, 2-3 ਘੰਟੇ ਜੇਰ ਸਾਰੇ ਦੋਹਾਂ ਦੀ ਪੈ ਗਈ ਆ। ਠੀਕ ਆ, ਵੱਡੀਆਂ ਮੱਝਾਂ ਝੋਟੀਆਂ ਜੀ ਹੈ। ਅਤੇ ਕੀ ਇਹਦਾ ਹਿਸਾਬ ਕਿਤਾਬ? ਕਿਲੋ ਵਾਲੀ ਹੈ ਜੀ, ਹਾਂਜੀ, ਦੁੱਧ ਦਊਗੀ। ਮਾਲਕ ਕਹਿੰਦੇ 17 ਆਪਾਂ 13-14 ਕਿਲੋ ਦੀ ਗਰੰਟੀ ਦੇ ਦਿੰਦੇ ਹਾਂ। ਛੋਟੀ ਬਹੁਤ ਵਧੀਆ ਚਵਾਈ ਚੀਜ਼ ਨਿਕਲੀ, ਜੇਰ ਜੂੜ ਸੁੱਟਦੀ। ਦੂਜਾ ਸੀਗਾ, ਤੀਜਾ ਸੂਆ? ਤੀਜਾ ਸੂਆ ਸਹੀ ਹੈ ਬੱਚੀ। ਦੂਜਾ? ਹਾਂਜੀ ਦੂਜਾ। ਮਗਰ ਬੱਚਾ? ਮਗਰ ਮੇਲ ਕਾਫ ਆ। ਠੀਕ ਆ, ਫੁੱਲ ਹਾਈਟ ਆ, ਵੱਡੇ ਕੱਦਕਾਰ ਦੇ ਵਿੱਚ ਆ ਦੋਸਤੋ। ਠੀਕ ਆ, ਪਿੱਠ ਪੁੱਠਾ ਤੁਸੀਂ ਵੇਖ ਲੈਣਾ, ਹੈਵੀ ਬੋਡੀ ਵੇਟ ਦੀ ਆ, ਭਾਰੇ ਸਰੀਰ ਵਜਨ ਵਾਲੀ ਜਿਹੜੀ ਮੱਝ ਆ। ਠੀਕ ਆ, ਬਿਲਕੁਲ ਅੱਜ ਤਾਜ਼ੀ ਸੂਈ। ਅੱਜ ਮੋਰਨਿੰਗ ਸੂਈ ਹੈ ਜੀ? ਅੱਛਾ ਜੀ, ਦੁਪਹਿਰੇ 2 ਵਜੇ ਸੂਈ। ਜੇਰ ਪ੍ਰੋਪਰ ਪੈ ਗਈ ਜੀ? ਹਾਂਜੀ, 4 ਵਜੇ। ਠੀਕ ਆ, ਬਾਕੀ ਪਿੱਠ ਪੁੱਠੇ ਵੱਲੋਂ ਜਿਹੜੀ ਦੋਸਤੋ ਥੱਬਿਆਂ ਦੇ ਥੱਬੇ ਆ, ਅਤੇ ਵੱਡੇ ਕੱਦਕਾਰ ਦੇ ਵਿੱਚ। ਠੀਕ ਆ, ਬੱਚਾ ਜਿਹੜਾ ਤੁਸੀਂ ਆਹ ਦੇਖ ਸਕਦੇ ਹੋ, ਬਿਲਕੁਲ ਅੱਗੇ ਬੈਠਾ ਇਹ ਬੱਚਾ ਮੇਲ ਕਾਫ ਆ ਇਸ ਮੱਝ ਦਾ। ਅੱਛਾ, ਤੁਹਾਨੂੰ ਵੀ ਤਾਂ ਕੀ ਇਸ ਮੱਝ ਦੀ ਡਿਮਾਂਡ ਕੀ? ਇੱਕ 20 ਕਰਾ ਲਓ, ਇੱਕ 15, ਇੱਕ 10 ਦੀ, ਹਾਂਜੀ, 15 ਕਿਲੋ ਦੀ ਮਾਲਕ ਹੈ ਜੀ। ਠੀਕ ਹੈ ਜੀ, ਠੀਕ ਆ, ਮੁੱਲ ਵੀਰਾਂ ਦਾ ਵੀ ਇੱਕ 15 ਜਿਹੜਾ ਦੋਸਤੋ, ਇੱਕ 20 ਕਰਾ ਲਓ, ਪਰ ਜਿਹੜੀ ਇੱਕ 10,000 ਦੀ ਆ ਉਹ ਹਾਂ ਨਾ। ਅਤੇ ਦੁੱਧ ਜਿਹੜਾ ਵੀਰ ਆਉਂਦਾ ਵੀ ਘੱਟੋ ਘੱਟ ਵੀ 15 ਲੀਟਰ ਦੀ ਮਾਲਕ ਆ। ਠੀਕ ਆ, 15 ਲੀਟਰ ਜਿਹੜਾ ਦੁੱਧ ਚੋਣਾ ਚਾਹੀਦਾ, ਜਿਹੋ ਜਿਹਾ ਪਿੱਠ ਪੁੱਠਾ ਜਾਂ ਹਵਾਨੇ ਦੀ ਗੱਲ ਕਰੀਏ। ਬਟ ਅੱਗੇ ਸੇਵਾ ਦਾ ਦੁੱਧ ਹੁੰਦਾ ਦੋਸਤੋ, ਹਰ ਵਾਰ ਆਪਾਂ ਕਹਿ ਦਿੰਦੇ ਹਾਂ, ਪਰ ਪਸ਼ੂ ਦੀ ਕਰਤੂਤ ਆਪਾਂ ਕਹਿ ਲਈਏ, ਪਸ਼ੂ ਵੀ ਉਸ ਲੈਵਲ ਦਾ ਹੋਣਾ ਚਾਹੀਦਾ ਵੀ 15 ਲੀਟਰ ਜਾਂ 14 ਲੀਟਰ ਚਵਾਉਣ ਵਾਲਾ, ਜਿਹੋ ਜਿਹੀਆਂ ਇਹ ਮੱਝਾਂ ਦਿਖਾਈ ਦਿੰਦੀਆਂ ਨੇ, ਵੀ ਦੁੱਧ ਚੁਕਣਾ ਚਾਹੀਦਾ ਜਿਹੋ ਜਿਹੇ ਆਪਾਂ ਹਵਾਨੇ ਥਾਂ ਵੇਖ ਸਕਦੇ ਹਾਂ। ਇਹ ਦੂਜਾ ਸੂਆ ਜੀ? ਹਾਂਜੀ, 11 ਵਜੇ ਸੂਈ ਆ ਅੱਜ ਮੋਰਨਿੰਗ ਜਿਹੜੀ ਇਹ ਦੋਸਤੋ, 11 ਵਜੇ ਸੂਈ ਆ, ਅਤੇ ਜੇਰ ਪ੍ਰੋਪਰ ਪੈ ਗਈ ਨਾ ਜੀ। ਬੱਚਾ ਮਗਰ ਵੀਰ ਦੇ ਕੀ ਆ ਗਿਆ? ਇਹ ਤਾਂ ਮਗਰ ਵੀ ਮੇਲ ਕਾਫ ਆ। ਠੀਕ ਆ, ਕੱਟਾ ਹੈਗਾ ਸੂਆ ਦੂਜਾ ਜੀ, ਦੂਜਾ ਸੈਕਿੰਡ ਲੋਕੇਸ਼ਨ ਦੇ ਵਿੱਚ ਸੂਈ ਆ। ਠੀਕ ਆ, ਅੱਜ 11 ਵਜੇ ਮੋਰਨਿੰਗ ਟਾਈਮ ਦੀ ਸੂਈ ਆ ਜੀ। ਠੀਕ ਆ, ਪਿੱਠ ਪੁੱਠੇ ਤੋਂ ਤੁਸੀਂ ਵੇਖ ਸਕਦੇ ਹੋ, ਵੱਡੀ ਜਿਹੜੀ ਬੋਡੀ ਪੰਥਰ ਦੀ ਜਿਹੜੀ ਆ ਇਹ ਚੋਟੀ ਆ। ਠੀਕ ਆ, ਆ
ਠੀਕ ਆ, ਮੇਲ ਕਾਫ ਆ ਦੋਸਤੋ ਤੇ ਬੋਲੇ ਦੇ ਵਿੱਚ ਹੁਣ, ਕਿਉਂਕਿ ਇੱਕ ਅੱਧਾ ਕੋਈ ਟਾਈਮ ਵੀਰ ਨੇ ਚਵਾਈ ਕੀਤੀ ਹੋਣੀ, ਥੋੜਾ ਬਹੁਤਾ ਦੁੱਧ ਕੱਢਿਆ ਹੋਊਗਾ ਬੋਲੇ ਚ, 2.5-3 ਕਿਲੋ ਕੱਢਿਆ, ਠੀਕ ਆ। ਬਾਕੀ ਫਸਲ ਬਾਰੇ ਸੋਹਣਾ ਲੱਗਾ, ਵੈਸੇ 12 ਲੀਟਰ ਦੀ ਚਵਾਈ ਕਰਾਉਣੀ ਚਾਹੀਦੀ ਜਾਂ ਵੱਧ ਜੀ? 14 ਕਿਲੋ ਜੀ। ਹਾਂਜੀ, 13-14 ਕਿਲੋ ਖੁੱਲਾ ਡੁੱਲਾ ਦੇਊਗੀ ਜੀ। ਅੱਛਾ, ਹਾਂਜੀ ਠੀਕ ਆ। ਮੁੱਲ ਸੋਨੂੰ ਵੀਰ ਕੀ ਇਹਦਾ ਕਰਨਾ? ਰੁਪਈਆ ਕਰਾ ਲਓ 92,000। 92,000 ਮੁੱਲ ਜਿਹੜਾ ਵੀਰ ਕਹਿੰਦਾ ਵੀ ਲੱਖ ਕਰਾ ਲਓ, ਪਰ 92,000 ਦੀ ਜਿਹੜੀ ਦੋਸਤੋ, ਠੀਕ ਆ, 92,000 ਦੀ ਜਿਹੜੀ ਆ ਦੋਸਤੋ, ਹਾਂ ਨਾ ਹੈਗੀ, ਗੈਸ ਨੂੰ ਆ, ਮਗਰ ਜਿਹੜਾ ਮੇਲ ਕਾਫ ਆ। ਬਾਕੀ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਵਗੈਰਾ ਵੇਚ ਸਕਦੇ ਹੋ। ਆ ਕਰੋ ਚੈੱਕ, ਆ ਦੇਖੋ ਜੀ, ਦੁਮੜ। ਇਸ ਤੋਂ ਬਾਅਦ ਦੋਸਤੋ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਮਾਝ ਦਿਖਾਵਾਂਗੇ, ਇਹ ਵੀ ਬਿਲਕੁਲ ਵੀਰ ਉਹਨਾਂ ਦੇ ਕੋਲ ਹੁਣੇ ਥੋੜ੍ਹਾ ਟਾਈਮ ਹੋਇਆ ਪਹਿਲਾਂ ਆਈ ਆ, ਇਹ ਵੀ ਅੱਜ ਹੀ ਆਈ ਆਪਣੇ ਕੋਲ ਜੀ। ਤੇ ਕਿੰਨਾ ਸੂਆ ਸੂਈ ਹੈ ਜੀ? 10-12 ਦਿਨਾਂ ਦੀ ਸੂਈ ਆ, ਤੇਜਾ ਸੂਆ, ਠੀਕ ਆ। ਤੇ ਥੋੜ੍ਹੀ ਜਿਹੀ ਆਪਾਂ ਮਿਕਸ ਵਿੱਚ ਕਹਿ ਸਕਦੇ, ਕੋਈ ਨੀਲੀ ਤਾਂ ਆਪਾਂ ਕਹਿ ਸਕਦੇ ਦੋਸਤੋ, ਨੀਲੀ ਦੇ ਮਾਲੀ ਤੋਂ ਜਾਂ ਕਰੋਸ ਅੰਗ ਕਹਿ ਸਕਦੇ ਹਾਂ, ਮਿਕਸ ਆ, ਠੀਕ ਆ, ਬਿੱਲੀਆਂ ਅੱਖਾਂ ਨੇ, ਤੇ ਮਿਕਸ ਵਿੱਚ ਆ ਗਈ, ਠੀਕ ਆ। ਬਾਕੀ ਬਾਅਦ ਜਿਹੜੀ ਆ ਦੋਸਤੋ ਨੋਰਮਲ ਰੇਂਜ ਵੀ ਜਿਹੜੀ ਨੋਰਮਲ ਹੋਵੇਗੀ, ਬਾਕੀ ਕੀ ਰੇਂਜ ਹੈਗੀ ਆ ਪ੍ਰੋਪਰ ਆਪਾਂ ਵੀਰ ਸੋਨੂੰ ਤੋਂ ਪੁੱਛ ਲਾਂਗੇ। ਅਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ, ਬੱਚਿਆਂ ਦੇ ਮਗਰ ਵੀਰ ਕੀ ਸੀ? ਮੇਲ ਕਾਫ ਸੀ, ਠੀਕ ਆ। ਦੇਖੋ ਕੱਟਾ ਕਿਹੜਾ ਉਹ ਹੈਗਾ ਜੀ? ਅੱਛਾ ਅੱਛਾ, ਇਹ ਕੱਟਾ ਹੈਗਾ ਮੇਲ ਕਾਫ ਆ। 12 ਕੁ ਦਿਨ ਦਾ ਸਮਾਂ ਤੁਸੀਂ ਮੰਨ ਲਓ, ਠੀਕ ਹੈ ਜੀ, 12 ਕੁ ਦਿਨ ਹੋ ਗਏ ਸਮਾਂ ਸੂਈ ਨੂੰ। ਅਤੇ ਆਹ ਥਣਵੇ ਥਣਵੇ ਸੋਨੂੰ ਭਾਈ, ਕੀ ਮੁੱਲ ਇਹਦਾ, ਡਿਮਾਂਡ ਕੀ ਭਰਾ? 65 ਕਰਾ ਲਓ, 60-64 ਛੋੜ ਦੇਣੀ 60 ਦੇ ਵਿੱਚੋਂ। ਹਾਂਜੀ ਠੀਕ ਹੈ, ਨੇੜੇ ਵਾਲੇ ਮੁੱਲ ਸਾਰੇ ਠੀਕ, ਮੁੱਲ 65 ਆ ਦੋਸਤੋ, ਡਿਮਾਂਡ 65 ਹੈਗੀ ਆ, ਅਤੇ 60,000 ਦੇ ਵਿੱਚੋਂ ਜਿਹੜਾ ਮਾਨਤਾਨ ਹੋ ਜੂਗਾ ਘਰ ਆ ਜਾਂਦਾ, ਠੀਕ ਆ। ਅਤੇ ਬਿਲਕੁਲ 9-10 ਕਿਲੋ ਖੁੱਲ੍ਹਾ ਡੁੱਲਾ ਦੇ, 8 ਕਿਲੋ ਠੀਕ ਆ ਜੀ। ਹਾਂਜੀ, ਤਾਂ ਇਨਵਾਈਟ, ਬਾਕੀ ਚਵਾਈ ਚ ਵੀ ਕਰਕੇ ਲੈ ਕੇ ਦੀ ਪੂਰੀ ਫਿੱਟ ਸੀਗੀ, ਇੱਕ ਨੰਬਰ ਠੀਕ ਆ, ਚਵਾਈ ਤੇ ਕੋਈ ਮੈਂ ਨਹੀਂ ਮਾਰੀ ਆਪਣੀ, ਠੀਕ ਆ। ਸੋਨੂੰ ਵੀਰ ਇੱਕ ਸੰਪਰਕ ਨੰਬਰ ਆਪਣੇ ਦੇ ਦਿਓ ਜੀ, 99-150 ਹਾਂਜੀ 16-213 ਫਿਰ ਬੋਲ ਦਿਓ ਜੀ, 99-150-16-213 ਠੀਕ ਹੈ ਜੀ, 98-569-17-707 98-569-17-707 ਹਾਂਜੀ ਠੀਕ ਆ। ਇੱਕ ਗਾਂ ਹੈ ਜੀ ਵੀਰੇ, ਗਾਂ ਹੈਗੀ ਹੈ ਜੀ, ਚਲੋ ਆ ਜਿਓ ਜੀ। ਇਹ ਝੋਟੀ ਵਿਕਾਊਗਾ ਵੀ? ਅੱਛਾ ਜੀ, ਇੱਕ ਬੈਡ ਹੈਗੀ ਹੈ ਦੋਸਤੋ, ਠੀਕ ਆ, ਬੈਡ ਦੀ ਵੀ ਪੂਰੀ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਹਾਂ। ਸੋ ਇਹ ਵੀ ਸੂਈ ਹੈ ਜੀ, ਸੂਣ ਵਾਲੀ ਹੈ? ਸੂਈ ਆ, 14-15 ਦਿਨ ਹੋ ਗਏ ਸੂਈ। ਮਗਰ ਬੱਚਾ ਕੀ ਹੈ ਜੀ? ਮਗਰ ਬੱਚੀ ਸੁਬਾਹ ਦੂਜਾ ਜੀ, ਅੱਛਾ ਜੀ, ਮਾੜੀ ਰੁਕ ਕੇ ਫੇਸ ਕੁਆਲਿਟੀ ਦਿਖਾ ਦਈਏ ਜੀ। ਆ ਕਰੋ ਜੀ ਚੈੱਕ, ਠੀਕ ਹੈ ਜੀ, ਕਿੰਨਾ ਦੁੱਧ ਹਾਜ਼ਰ ਜੀ? ਠੀਕ ਹੈ ਜੀ, ਠੀਕ ਹੈ, 14 ਲੀਟਰ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਆ, ਮਗਰ ਮੇਲ ਕਾਫ ਦੱਸਿਆ ਨਾ ਜੀ, ਵੱਛੀ ਫੀਮੇਲ ਆ ਜੀ, ਸੋਰੀ ਫੀਮੇਲ ਆ, ਮਗਰ ਜਿਹੜੀ ਆ ਦੋਸਤੋ ਫੀਮੇਲ ਕਾਫ ਆ ਇਸ ਬੈਡ ਦੀ, ਠੀਕ ਆ। ਅਤੇ ਬੱਚੀ ਤੁਸੀਂ ਵੇਖ ਸਕਦੇ ਹੋ, ਠੀਕ ਹੈ, ਲਾਲ ਡੱਬੀ ਕਹਿ ਸਕਦੇ ਆਪਾਂ, ਬਰਾਊਨ ਡੱਬੀ ਕਹਿ ਸਕਦੇ, ਮਗਰ ਜਿਹੜੀ ਫੀਮੇਲ ਆ। ਅਤੇ ਬੈਡ ਵੀ ਚੰਗੀ ਆ, ਰੇਟ ਭਾਅ ਪੜਤਾ ਵੀਰ ਕਿੰਨਾ? ਮੁੱਲ ਵੀਰੇ 45 ਕਰਾ ਲਓ, 50 ਕਰਾ ਲਓ, 40,000 ਦੀ ਜਿਸ ਨੂੰ, ਹਾਂ ਨਾ 40,000 ਹਾਂਜੀ, ਦੁੱਧ 17-18 ਕਿਲੋ ਦੇਊਗੀ, 14 ਕਿਲੋ ਆਪਣੇ ਘਰੋਂ ਮਿਣ ਕੇ ਲੈ ਜਾਓ, ਠੀਕ ਹੈ ਜੀ। ਹਾਂਜੀ ਠੀਕ ਹੈ,
ਤੇ ਵੀਰਾਂ ਦਾ ਵੀ ਦੁੱਧ ਜਿਹੜਾ ਦੋਸਤੋ 16 ਤੋਂ 17 ਲੀਟਰ ਦੇਊਗੀ, ਪਰ 14 ਲੀਟਰ ਜਿਹੜੀ ਤੁਸੀਂ ਮਿਹਨਤੀ ਕਰ ਲੈਣੀ ਹੈ, ਜਿਹੜਾ ਭਾਂਡੇ ਬਾਲਟੀ ਦੇ ਵਿੱਚ ਪਾ ਲੈਣਾ ਉਹ 14 ਲੀਟਰ ਹੈਗਾ, ਠੀਕ ਆ। ਅਤੇ ਮੁੱਲ ਜਿਹੜਾ 45 ਦਾ ਵੀਰਾਂ ਦਾ ਭਾਵੇਂ 47-48-50 ਕਰਾ ਲਓ, 40,000 ਦੀ ਜਿਹੜੀ ਹਾਨ ਹੈਗੀ ਆ, ਠੀਕ ਆ ਜੀ, ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਮਗਰ ਜਿਹੜੀ ਆ ਦੋਸਤੋ ਫੀਮੇਲ ਕਾਫ ਹੈਗੀ, ਇੱਕ ਵਾਰੀ ਮੈਂ ਫਿਰ ਦੱਸ ਦਿੰਦਾ, ਠੀਕ ਆ। ਨੰਬਰ ਜਿਹੜੇ ਆ ਬਾਈ ਸੋਨੂੰ ਦੇ ਲਗਾਤਾਰ ਜਿਹੜੇ ਸਕਰੀਨ ਦੇ ਨੀਚੇ ਚੱਲਦੇ ਆਪਾਂ ਕਰਦੇ ਨੇ, ਹਾਂਜੀ 16-213, ਠੀਕ ਹੈ ਵੀਰ, ਹਾਂਜੀ 98-569-1777, ਠੀਕ ਹੈ ਜੀ। ਪਿੰਡ ਚੋਟੀਆਂ ਜੋਗੇਵਾਲੇ ਰੋਡ ਦੇ ਉੱਤੇ, 7 ਕਿਲੋਮੀਟਰ ਫਤਿਹਗੜ੍ਹ, 2 ਕਿਲੋਮੀਟਰ ਫਤਿਹ ਆਪਣਾ ਜੋਗੇਵਾਲ ਤੋਂ, ਜਿਹੜਾ ਆਪਣਾ ਫਤਿਹਗੜ੍ਹ ਪਚੂਰ ਦਾ ਧਰਮਕੋਟ ਰੋਡ ਆਪਾਂ ਕਹਿ ਦਈਏ, ਹਾਂਜੀ ਧਰਮਕੋਟ, ਹੈ ਨਾ, ਚੋਟੀਆਂ ਚੋਟੀਆਂ ਬਿਲਕੁਲ। ਅਤੇ ਇਹ ਸਨ ਦੋਸਤੋ ਵੀਰ ਸੋਨੂੰ, ਸੋਨੂੰ ਵੀਰ ਦੇ ਕੋਲ ਹਰ ਟਾਈਮ ਜਿਹੜੇ ਮਾਲ ਆ, ਪਸ਼ੂ ਆ, ਮੱਝਾਂ, ਝੋਟੀਆਂ ਆਉਂਦੀਆਂ ਰਹਿੰਦੀਆਂ ਨੇ, ਠੀਕ ਹੈ। ਬਾਕੀ ਵੇਰਵਾ ਪਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ, ਜਿੰਨੇ ਵੀ ਨੰਬਰ ਵਾਈਜ਼ ਆਪਾਂ ਤੁਹਾਨੂੰ ਦਿਖਾਈਆਂ ਨੇ ਮੱਝਾਂ ਝੋਟੀਆਂ, ਵੇਰਵਾ ਪਾ ਕੇ ਗੱਲਬਾਤ ਕਰ ਲਿਓ। ਜਿਸ ਵੀ ਇਹਦਾ ਰੇਟ ਪੁੱਛਣਾ ਚਾਹੇ, ਕੋਈ ਕਨਫਿਊਜ਼ਨ ਹੋਈ ਤਾਂ ਤੁਸੀਂ ਦੂਰ ਕਰ ਸਕਦੇ ਹੋ, ਠੀਕ ਆ। ਅਤੇ ਬਾਕੀ ਮੱਝਾਂ ਜਿਹੜੀਆਂ ਦੋਸਤੋ ਤੁਹਾਨੂੰ ਆਪਾਂ ਬਿਲਕੁਲ ਪਸ਼ੂ ਜਿਹੜੇ ਦੋਸਤੋ ਚੰਗੇ ਹੀ ਹੁੰਦੇ ਆ ਤਕਰੀਬਨ ਵੀਰ ਦੀ, ਆਪਾਂ ਪਹਿਲਾਂ ਵੀਡੀਓ ਅਪਲੋਡ ਕੀਤੀਆਂ ਸੀਗੀਆਂ, ਠੀਕ ਆ। ਅਤੇ ਬਾਕੀ ਕਿਸੇ ਵੀਰ ਨੂੰ ਰੇਟ ਥੋੜ੍ਹੇ ਜਿਹੇ ਵੱਧ ਲੱਗਣਗੇ, ਆਪਦੀ ਆ ਕੇ ਘਰੇ ਜਿਹੜੀ ਆ ਦੋਸਤੋ ਨਿਗਾਹ ਦੇ ਵਿੱਚੋਂ ਕੱਢ ਦਿਓ ਪਸ਼ੂ, ਕਈ ਵਾਰ ਹੁੰਦਾ ਵੀ ਵੇਖਣ ਦੇ ਵਿੱਚ ਆਪਾਂ ਨੂੰ ਨਹੀਂ ਸਮਝ ਆਉਂਦੀ ਚੀਜ਼, ਬਾਕੀ ਫੇਸ ਟੂ ਫੇਸ ਜਾਂ ਆਪਾਂ ਕਹਿ ਲਈਏ ਵੀ ਘਰੇ ਵਿਜਿਟ ਕਰਕੇ ਜਦੋਂ ਆਪਾਂ ਦੇਖਦੇ ਹਾਂ ਅਤੇ ਰਲਦੇ ਮਿਲਦੇ ਰੇਟ ਹੁੰਦੇ ਆ। ਬਾਕੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।